ਸਾਡੇ ਪਿਛਲੇ ਦਿਨਾਂ ਵਿੱਚ ਮਿਤੀ 22/9/22 ਨੂੰ ਇੱਕ ਮੁਕਦਮਾ ਦਰਜ ਹੋਇਆ ਸੀ, ਜਿਸ ਦੇ ਵਿੱਚ ਸਾਡੇ ਕੋਲ 52,74,700 ਰੁਪਏ ਜਿਹੜੇ ਰਿਕਵਰ ਹੋਏ ਸੀ। ਤਾਂ ਇਸ ਤਫਤੀਸ਼ ਨੂੰ ਅਸੀਂ ਅੱਗੇ ਵਧਾਉਂਦੇ ਹੋਏ ਇਸ ਮੁੱਢਲੇ ਜਿਹੜੇ ਗੁਰਨਾਮ ਸਿੰਘ ਉਰਫ ਗਾਮੀ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਸੀ। ਜਿਹੜਾ ਦੌਰਾਨੇ ਪੁਲਿਸ ਰਿਮਾਂਡ ਖੁਲਾਸਾ ਹੋਇਆ ਕਿ ਇਸਨੇ ਜਿਹੜਾ 1 ਕਿਲੋ ਹੈਰੋਇਨ ਆਪਣੇ ਜਿਹੜਾ ਜੀਜੇ ਦੇ ਕਹਿਣ 'ਤੇ ਭੈਣ ਨੂੰ ਦਿੱਤੀ ਸੀ ਅਤੇ ਭੈਣ ਨੇ ਅੱਗੇ ਜਿਹੜੀ ਇਹ ਲੁਕਾ ਕੇ ਰੱਖੀ ਹੋਈ ਸੀ। ਸੋ ਇਹਦੇ ਜਿਹੜੇ ਫਰਦਿੰਗ ਸ਼ਾਫ 'ਤੇ ਅਸੀਂ ਇਸ ਦੇ ਭੈਣ ਦੀ ਜਿਹੜੀ ਨਿਸ਼ਾਨਦੇਹੀ 'ਤੇ ਗੰਜੂ ਹੱਸਾ ਪਿੰਡ ਦੇ ਵਿੱਚੋਂ ਜਿਹੜੇ ਇਹਨਾਂ ਦੇ ਜੀਜੇ ਦੇ ਖੇਤ ਨੇ ਜਿਨ੍ਹਾਂ ਦਾ ਨਾਮ ਗੁਰਦੀਪ ਸਿੰਘ ਸਨ ਆਫ ਵਾਸੀ ਜਿਹੜੇ ਗੰਜੂ ਹੱਸੇ ਦੇ ਹੈ, ਇਹਨਾਂ ਕੋਲੋਂ ਜਿਹੜੀ 1 ਕਿਲੋ ਜਿਹੜੀ ਹੈਰੋਇਨ ਬਰਾਮਦ ਕਰਵਾਈ ਗਈ ਹੈ। ਜਿਸ ਦੇ ਵਿੱਚ ਮੁੱਢਲੀ ਤਫਤੀਸ਼ ਦੇ ਦੌਰਾਨ ਜਿਹੜੇ 3 ਵਿਅਕਤੀਆਂ ਦੇ ਖਿਲਾਫ ਜਿਹੜਾ ਮੁਕਦਮਾ ਦਰਜ ਰਜਿਸਟਰ ਕੀਤਾ ਗਿਆ ਸੀ। ਆਫਟਰ ਦੈਟ ਸਾਡੇ ਇੱਕ ਰਣਜੀਤ ਸਿੰਘ ਵਿਅਕਤੀ, ਉਸਨੂੰ ਨੋਮੀਨੇਟ ਕੀਤਾ ਗਿਆ, ਉਸਦਾ ਵੀ ਜਿਹੜਾ ਅੱਜ ਪ੍ਰੋਟੈਕਸ਼ਨ ਵਾਰੰਟ ਲੈ ਕੇ 1 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਗਿਆ। ਇਸ ਤੋਂ ਇਲਾਵਾ ਜਿਹੜਾ ਗੁਰਨਾਮ ਸਿੰਘ ਦੋਸ਼ੀ ਦੀ ਹੀ ਪੁੱਛਗਿੱਛ 'ਤੇ ਉਸਦੀ ਭੈਣ ਮਮਤਾ ਰਾਣੀ ਅਤੇ ਉਸਦੇ ਅੱਗੇ ਜੀਜਾ ਜਿਹੜਾ ਗੁਰਦੀਪ ਸਿੰਘ ਉਰਫ ਸੰਦੀਪ ਸਿੰਘ ਹੈ ਵਾਸੀ ਗੰਜੂ ਹੱਸਾ, ਇਹਨਾਂ ਨੂੰ ਜਿਹੜਾ ਨਾਮਜ਼ਦ ਕੀਤਾ ਗਿਆ ਮੁਕਦਮੇ ਦੇ ਵਿੱਚ। ਜੀ ਟੋਟਲ ਇਸ ਦੇ ਵਿੱਚ ਸਾਡੇ ਕੋਲ 1 ਕਿਲੋਗ੍ਰਾਮ ਹੈਰੋਇਨ, 1 ਕਿਲੋਗ੍ਰਾਮ ਹੈਰੋਇਨ ਦੇ ਨਾਲ 65 ਗ੍ਰਾਮ, ਮਤਲਬ 1 ਕਿਲੋ 65 ਗ੍ਰਾਮ ਹੈਰੋਇਨ ਹੈ ਟੋਟਲ ਜਿਹੜੀ ਇਸਦੀ ਹੈਗੀ ਹੈ, ਤਕਰੀਬਨ 1 ਕਿਲੋਗ੍ਰਾਮ ਹੈਰੋਇਨ ਹੈ। ਇਸ ਤੋਂ ਇਲਾਵਾ ਜਿਹੜਾ 52,74,700 ਰੁਪਈਏ ਜਿਹੜੇ ਭਾਰਤੀ ਕਰੰਸੀ ਨੋਟ ਬਰਾਮਦ ਹੋਏ ਹਨ ਅਤੇ ਕੁਛ ਜਿਹੜੀਆਂ ਹੋਰ ਬੱਸਾਂ ਜਿਹੜੀ ਇਸਨੇ ਹੈਰੋਇਨ ਨੂੰ ਉੱਥੋਂ ਕ੍ਰੋਸ ਦੀ ਬਾਰਡਰ ਕਰਾਉਣ ਲਈ ਵਰਤੀਆਂ ਸੀ ਉਹ ਵੀ ਜਿਹੜੀਆਂ ਬਰਾਮਦ ਕੀਤੀਆਂ ਜਾ ਚੁੱਕੀਆਂ ਹਨ। ਜੀ ਅਸੀਂ ਜਿਹੜਾ 4 ਦਿਨ ਦਾ ਪੁਲਿਸ ਰਿਮਾਂਡ ਹਾਸਲ ਕੀਤਾ ਤਾਂ ਸਾਨੂੰ ਉਮੀਦ ਹੈ ਵੀ ਇਸ ਤਫਤੀਸ਼ ਨੂੰ ਅੱਗੇ ਵਧਾਉਂਦੇ ਹੋਏ ਅਸੀਂ ਹੋਰ ਵੀ ਜਿਹੜੀਆਂ ਰਿਕਵਰੀਆਂ ਕਰਾਂਗੇ।